बलवंत भाई नू किसने किधर की कह तू किदे प्याजन तेरी चीज च की बोले तू की बोले की बोले की बोले यार मार के तू तो मार क्यों नहीं गए क्यों आए ऊपर जा ए ए मार क्यों नहीं गए निकला मेरे घर च पर जाई कमले नहीं होई दा इन्हां दा कोई कसूर नहीं कसूर नहीं ए बाड़े लौट जांदे ने कहीं मां खरीदण ओ पुत्ता पिटियो थानू छुड़ाण गया सी मेरा शेर पता नहीं कितने है आयो रब्बा पता नहीं है भी है कि नहीं अब पर जाई तैनू पता भी है तू की बोली जा रही है मेरी जान ले ले रब्बा आ देख ला अब तेरे करके सारा कुछ सुनना पै रहा है मैं तो मत गंद खावा जे नशा मुंह तो तेरा भाई आ मर जुत्ती मार मेरे मुंह ते मार मार बिकर जा कमला आ गया तू हैं बड़ी है भरजाई है तेरी ता क्यों गया घोरता आ मेरे रब्बा आ मेरे बनंत भतीज ने बनवा दे रब्बा मेरी जान ले ले रब्बा कर दे बस भाइयो असि सारे सियाने बंदे बैठे हैं आ शमशेर भाई अपनी ट्रक यूनियन का इन्ने सालों तो प्रधान चले आ रहा है कदे किसे दे कोई रत्ती परांच आई है ये तो पहला मेरे बड़े भाई साहब जगजीत सिंह वो भी प्रधान रहे ने अपने कदे अपनी किसे गड्डी च कोई नशा पत्ता दारू फीम डोडे भुक्की फड़ी गई है कदे भाई जी जे ऐसा काम करे हो ता ही फड़िया जाऊ भाई मैं सारे ड्राइवर अगे सौ खा के कहना मैं ते धीरे ने कोई गलत काम नहीं किया मैनू तो इस गल की नमोशी है कि मेरी गड्डी दे विचों फीम फड़ी गई भाई जी तुसी का तो नमोशी मनी बैठे हो थोड़े सिर नहीं आउण दिंदे कोई गल जे थोड़े गल पैंदी दिखी ना मैं जाऊं अंदर ओ कानू मल्ला थोड़े ते सानू पूरा भरोसा है पर होया किवें ओ भाई जी बस एवी गलती हो गई बिना जान पछाण दा बंदा सी ओदे असी सब्जी वाले टोकरे आपदी गड्डी च रखा ले असी बस छे निगाही ना मारी ओ साला टोकरे रखा के आप चढ़िया ही ना ये तुसा बहुत गलत काम कीता है ਨਾਲੇ ਇਹਦਾ ਮਤਲਬ ਹੈ ਇਹੋ ਜਿਹੇ ਛੋਟੇ ਮੋਟੇ ਭਾੜੇ ਤੁਸੀਂ ਅੰਦਰ ਹੀ ਅੰਦਰ ਖਾ ਜਾਂਦੇ ਹੋ ਉਹ ਤਾਂ ਬਾਈ ਜੀ ਮੈਂ ਕਿਹਾ ਚਲੋ ਬੋਤਲ ਜੋਗੇ ਬਣ ਜਾਣਗੇ ਚਲੋ ਹੁਣ ਗਲਤੀ ਤਾਂ ਹੋ ਹੀ ਗਈ ਹੈ ਬਾਈ ਜੀ ਇਸੇ ਕਰਕੇ ਤਾਂ ਉੱਥੇ ਚੰਮ ਲਿਖਾ ਗਏ ਹਾਂ ਹੁਣ ਤੁਹਾਡੀਆਂ ਚਿੱਤਰ ਖਾਈ ਜਾਂਦੇ ਜੀ ਉਪਰੇ ਬੰਦਿਆਂ ਤੋਂ ਪਿੱਛੇ ਸਮਾਨ ਖਾ ਕੇ ਤੁਹਾਡਾ ਇੱਕ ਜਣਾ ਦਾ ਫਰਜ਼ ਨਹੀਂ ਸੀ ਬਣਦਾ ਪਿੱਛੇ ਬੈਠਣ ਦਾ ਉਹ ਤਾਂ ਬਾਈ ਜੀ ਬਸ ਐਵੇਂ ਬੇਧਿਆਨੇ ਹੋ ਗਏ ਮੈਂ ਕਿਹਾ ਚੱਲ 4-5 ਕਿਲੋਮੀਟਰ ਜਾਣਾ ਹੈਗਾ ਸਾਨੂੰ ਕਿਹੜਾ ਪਤਾ ਸੀ ਨਾਕੇ ਤੇ ਪੁਲਿਸ ਸਾਰਿਆਂ ਤੋਂ ਪਹਿਲਾਂ ਇਹਨਾਂ ਟੋਕਰਿਆਂ ਨੂੰ ਪਾਊਗੀ ਜੀ ਉਹ ਤਾਂ ਸਿੱਧਾ ਹੀ ਟੋਕਰੇ ਦੀ ਤਲਾਸ਼ੀ ਲੈਣ ਲੱਗ ਗਏ ਜੀ ਆ ਕੇ ਪਰਦਾਨਾ ਇਹ ਤਾਂ ਕਿਸੇ ਨੇ ਫਸਾਇਆ ਤੁਹਾਨੂੰ ਮੈਂ ਤਾਂ ਰੱਬੋਂ ਹੀ ਇਹਨਾਂ ਨੂੰ ਨਾਕੇ ਤੇ ਮਿਲ ਪਿਆ ਨਹੀਂ ਤਾਂ ਖੌਰੇ ਕਿੰਨੇ ਦਿਨ ਇਹਨਾਂ ਦਾ ਕਿਸੇ ਨੂੰ ਪਤਾ ਹੀ ਨਾ ਲੱਗਦਾ ਮੈਂ ਤਾਂ ਉਦੋਂ ਹੀ ਇਹਨਾਂ ਤੋਂ ਨੰਬਰ ਲੈ ਕੇ ਝੱਟ ਬਿੱਲੂ ਬਾਈ ਨੂੰ ਫੋਨ ਮਾਰਿਆ ਚੱਲ ਬਾਈ ਇਹਦੇ ਵਾਸਤੇ ਤਾਂ ਧੰਨਵਾਦ ਤੇਰਾ ਜੀਰ ਬਾਈ ਤੇ ਟੋਕਰਿਆਂ ਵਾਲਾ ਕੀ ਚੱਕਰ ਹੈ ਹੈਂ ਮੈਨੂੰ ਤਾਂ ਕੋਈ ਦਾਲ 'ਚ ਕਾਲਾ ਲੱਗਦਾ ਹੋਰ ਬਾਈ ਜੀ ਨਾ ਉਹਨਾਂ ਨੇ ਕਾਗਜ਼ ਦੇਖੇ ਨਾ ਲਾਇਸੈਂਸ ਫਿਰ ਤਾਂ ਜ਼ਰੂਰ ਪਿੱਛੋਂ ਹੀ ਚਾਬੀ ਭਰੀ ਹੋਣੀ ਆ ਜਿੱਥੋਂ ਤੁਸੀਂ ਟੋਕਰੇ ਰਖਵਾਏ ਸੀ ਉੱਥੇ ਕੋਈ ਆਪਣਾ ਜਾਣ ਪਛਾਣ ਦਾ ਬੰਦਾ ਨਜ਼ਰ ਨਹੀਂ ਪਿਆ ਨਾ ਬਾਈ ਜੀ ਬੰਦਾ ਤਾਂ ਉਹ ਜਮਾਂ ਸਬਜ਼ੀ ਵੇਚਣ ਵਾਲਾ ਲੱਗਦਾ ਸੀ ਜੀ ਬੰਦਾ ਤਾਂ ਉਹ ਉੱਧਰ ਦਾ ਹੀ ਸੀ ਜੀ ਮੈਨੂੰ ਮਿਲ ਜੇ ਸਹੀ ਕਿਹੜਾ ਲਿਆਉਂ ਸਾਲੇ ਨੂੰ ਸਿੱਟ ਕੇ ਟਰੱਕ 'ਚ ਓਏ ਤੇਰੇ ਹਰ ਵੇਲੇ ਕੰਮ ਨਹੀਂ ਕੁੱਟੀ ਜਾਂਦਾ ਹੁੰਦਾ ਬੰਦਾ ਕਿਹੜਾ ਹੋਇਆ ਉੱਧਰ ਤਾਂ ਆਪਣੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਗੁਰਬਚਨ ਬਾਈ ਉੱਧਰ ਨਹੀਂ ਪਰ ਇੱਧਰ ਤਾਂ ਦੁਸ਼ਮਣੀ ਹੋ ਸਕਦੀ ਹੈ ਨਾ ਹੋਰ ਬਾਈ ਜੀ ਜਰਦੇ ਆ ਲੋਕ ਹੁਣ ਦੇਖੋ ਦੋ ਤਕੜੀਆਂ ਧਿਰਾਂ ਦੀ ਆਪਸ 'ਚ ਰਿਸ਼ਤੇਦਾਰੀ ਪੈ ਗਈ ਬਥੇਰੇ ਨੇ ਬਾਈ ਜੀ ਲੋਕ ਜਿਹੜੇ ਅੰਦਰੋਂ ਅੰਦਰ ਹੀ ਮੱਚਦੇ ਆ ਹਾਂ ਗੱਲ ਤਾਂ ਤੇਰੀ ਦਿਲ ਲੱਗਦੀ ਹੈ ਇਹ ਕੰਮ ਜ਼ਰੂਰ ਕਿਸੇ ਦੁਸ਼ਮਣ ਦਾ ਹੀ ਹੈ ਵਾਹ ਬਾਈ ਗੁਰਬਚਨ ਸਿੰਘ ਵਾਹ ਠੀਕ ਹੈ ਭਾਈ ਅੰਦਰ ਭਾਵੇਂ ਨੰਗੀ ਹੋ ਨੱਚੀ ਜਿੰਨਾ ਚਿਰ ਫੜੀ ਨਾ ਗਈ ਮੈਂ ਸੱਚੀ ਦੀ ਸੱਚੀ ਓਏ ਸਿੱਧੀ ਤਰ੍ਹਾਂ ਬੋਲ ਜੋ ਬੋਲਣਾ ਚਾਹੁੰਦਾ ਬੋਲਣਾ ਕੀ ਹੈ ਬਾਈ ਲੋਕੀ ਅੰਨੇ ਆ ਥਾਂ ਥਾਂ ਤੇ ਕੋਠੀਆਂ ਬੰਗਲੇ ਐਡੀ ਵੱਡੀ ਟਰਾਂਸਪੋਰਟ ਸਾਥੋਂ ਤਾਂ ਜੁੜੀ ਨਹੀਂ ਬਾਈ ਕਿਸੇ ਤੋਂ ਬਾਈ ਤੂੰ ਗੱਲ ਨੂੰ ਘੁਮਾ ਕੇ ਜੇ ਨਾ ਕਰ ਇੱਥੇ ਯੂਨੀਅਨ ਦੇ ਸਿਆਣੇ ਬੰਦੇ ਬੈਠੇ ਨੇ ਨਾਲੇ ਤੂੰ ਪ੍ਰਧਾਨ ਉਹਨਾਂ ਦੀਆਂ ਕੋਠੀਆਂ ਬੰਗਲਿਆਂ ਦੀ ਗੱਲ ਕਰਦਾ ਬਾਈ ਮਿਹਨਤਾਂ ਕੀਤੀਆਂ ਨੇ ਸਿਆਣਿਆਂ ਨੇ ਮਿਹਨਤਾਂ ਅਸੀਂ ਨਹੀਂ ਕੀਤੀਆਂ ਬਾਈ ਐਡੇ ਲੋਕੀ ਬੈਠੇ ਨੇ ਇਹਨਾਂ ਤੋਂ ਤਾਂ ਮਸਾ ਰੋਟੀ ਜੁੜਦੀ ਹੈ ਨਾ ਤੇਰੇ ਖਾਣ ਜਾਂਦੇ ਆ ਤੂੰ ਤੁਰਦਾ ਲੱਗ ਇੱਥੋਂ ਹੁਣ ਬੋਲਿਆ ਬਾਈ ਓਏ ਤੂੰ ਤਾਂ ਇਹਨਾਂ ਦਾ ਮੋਹਰੀ ਹੈ ਫੀਮ ਵੇਚਣ 'ਚ ਰੀਸ ਬਣੇ ਬੈਠੇ ਨੇ ਓਏ ਅੱਜ ਤੁਸੀਂ ਸਮਗਲਿੰਗ ਕਰਦੇ ਫੜੇਗੇ ਤੁਹਾਨੂੰ ਲੋਕੀ ਦੁਸ਼ਮਣ ਨਜ਼ਰ ਆਉਣ ਲੱਗ ਪਏ ਤੂੰ ਤੁਰ ਜਾ ਇੱਥੋਂ ਮੈਂ ਜਾਬਾ ਨਾ ਬਣਾ ਲਈ ਓਏ ਤੇਰੇ ਬੋਲਣਾ ਨਹੀਂ ਕੁਝ ਓਏ ਹੱਥ ਪਰ ਤੈਨੂੰ ਬੋਲਣ ਜੋਗਾ ਛੱਡਿਆ ਤੁਸੀਂ ਯੂਨੀਅਨ 'ਚ ਕਾਲੇ ਧੰਦੇ ਕਰਦੇ ਹੋ
ਤੁਹਾਡਾ ਮੂੰਹ ਕਾਲਾ ਕਰਕੇ ਯੂਨੀਅਨ ਤੋਂ ਬਾਹਰ ਕਰ ਦੇਣਾ ਚਾਹੀਦਾ। ਬੜੇ ਬੈਠੇ ਨੇ ਪ੍ਰਧਾਨ। ਪੌਂਗਲਾ ਪੌਂਗਲਾ ਸੁਣਦਾ ਤੇਰੀ ਗੁਜ਼ਰੇ ਸਾਲਾ ਠੱਕ ਕਿਸੇ ਥਾਉਂਦਾ ਤੈਨੂੰ ਮੈਂ ਤਾਂ ਪ੍ਰਧਾਨ ਜੀ ਖੜਾ ਤੂੰ ਗੱਲੋ ਬਾਹਰ ਹੋਰ ਡੜ ਕੇ ਮਾਰੂ ਮਾਰ ਸਾਰਿਆਂ ਨੂੰ ਓਏ ਓਏ ਠੱਕ ਸਾਲਾ ਜਾਣੋਗੇ ਸਾਡੇ ਪ੍ਰਧਾਨ ਦਾ ਭਰਜਾਈ ਕਿਵੇਂ ਲੱਗਦਾ ਤੈਨੂੰ ਸੁਰਜੀਤ ਠੀਕ ਹੋਜੂ ਕਿ ਨਹੀਂ? ਇਹ ਗੁਰਬਚਨ ਪੁੱਤ ਦਾ ਸੱਲ ਚੱਲਣਾ ਕਿਹੜਾ ਸੌਖਾ ਹੁੰਦਾ। ਅੱਜ ਬਲਵੰਤ ਆ ਜਾਵੇ ਫਿਰ ਦੇਖੀ ਕਿਵੇਂ ਉੱਠ ਕੇ ਬਹਿੰਦੀ ਆ ਉਹ। ਹੁਣ ਆਪਾਂ ਤਾਂ ਆਪਣੀ ਸਾਰੀ ਵਾਹ ਲਾਈ ਪਈ ਹੈ, ਬਾਕੀ ਪਰਮਾਤਮਾ ਦੇ ਹੱਥ ਹੈ। ਦੇਖ ਭਰਜਾਈ ਇੱਕ ਗੱਲ ਦਾ ਖਿਆਲ ਰੱਖੀ, ਉਹਦੇ ਕੰਨ 'ਚ ਕੋਈ ਮਾੜੀ ਗੱਲ ਨਹੀਂ ਪੈਣ ਦੇਣੀ। ਡਾਕਟਰ ਸਾਹਿਬ ਨੇ ਖਾਸ ਤਾਕੀਦ ਕੀਤੀ ਹੈ, ਇਸੇ ਕਰਕੇ ਤਾਂ ਉਹਨੂੰ ਉੱਪਰਲੇ ਬੈੱਡਰੂਮ 'ਚ ਰੱਖਿਆ। ਪਰ ਜਦ ਵੀ ਉਹਦੇ ਬੁੱਲ ਫਰਕਦੇ ਆ ਨਾ, ਬਸ ਬਲਵੰਤ ਦਾ ਹੀ ਨਾਂ ਲੈਂਦੇ ਨੇ। ਭਰਜਾਈ ਧੰਨ ਹੈ ਤੂੰ ਜਿਹੜੀ ਉਹਨੂੰ ਸਾਂਭੀ ਬੈਠੀ। ਵੇ ਗੁੱਲੂ ਵੇ ਦੁੱਧ ਗਰਮ ਹੋਇਆ ਕਿ ਨਹੀਂ? ਸੁਰਜੀਤ ਨੂੰ ਦਵਾਈ ਦੇਣੀ ਹੈ। ਕਰ ਰਿਹਾ ਜੀ। ਗੁਰਬਚਨ ਤੂੰ ਵੀ ਕੁਛ ਖਾ ਪੀ ਲੈ, ਹਾਂ ਨਿਆਣੇ ਤੇਰੇ ਕਰਕੇ ਭੁੱਖੇ ਬੈਠੇ ਨੇ। ਮੈਂ ਦੇਖਦਾ ਪਾਪਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਗੁਰਬਚਨ ਸਿੰਘ ਹੋਰੀ। ਹਾਂਜੀ ਆ ਜਾਓ ਪਾਪਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਪਣੇ ਪੁੱਤਰ ਬਲਵੰਤ ਸਿੰਘ ਦੇ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਸੀ ਜੀ, ਉਹ ਖਬਰ ਮਿਲੀ? ਸਰਦਾਰ ਸਾਹਿਬ ਸਾਨੂੰ ਬੀਕਾਨੇਰ SSP ਆਫਿਸ ਤੋਂ ਫੋਨ ਆਇਆ ਸੀ ਜੀ। ਹਾਂ ਉੱਥੇ ਵੀ ਰਿਪੋਰਟ ਲਿਖਵਾਈ ਸੀ, ਬੇਟਾ ਰਾਜਸਥਾਨ ਗਿਆ ਸੀ ਨਾ। ਮੈਨੂੰ ਪਤਾ ਹੈ ਗੱਡੀ ਨੰਬਰ PB11A 5694 ਸੀ ਨਾ ਜੀ। ਜੀ ਬੇਟੇ ਦੀ ਖਬਰ ਮਿਲੀ? ਵੀਰੇ ਦਾ ਕੁਝ ਪਤਾ ਲੱਗਾ? ਕੀ ਹੋਇਆ ਗੱਡੀ ਨੂੰ? ਇਸ ਨੰਬਰ ਦੀ ਗੱਡੀ ਤਾਂ ਹੜ ਵਿੱਚ ਖੜ ਗਈ ਹੈ।